ਖਬਰ ਲੈਂਦੇ ਹਾਂ ਲੁਧਿਆਣਾ ਤੋਂ। ਲੁਧਿਆਣਾ ਪੁਲਿਸ ਨੇ ਇੱਕ ਖਤਰਨਾਕ ਗੈਂਗਸਟਰ ਗੁਰਦੀਪ ਸਿੰਘ ਉਰਫ ਦੀਪਾ ਢੰਡਾਰੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੱਕ ਬਹੁਤ ਹੀ ਖਤਰਨਾਕ ਗੈਂਗਸਟਰ ਹੈ। ਆਰੋਪੀ ਦੇ ਉੱਪਰ ਅਲੱਗ ਅਲੱਗ ਥਾਣਿਆਂ ਦੇ ਵਿੱਚ ਬਹੁਤ ਸਾਰੇ ਮਾਮਲੇ ਦਰਜ ਨੇ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਆਰੋਪੀ ਦੇ ਕੋਲੋਂ 32 ਬੋਰ ਦੇਸੀ ਪਿਸਟਲ, 12 ਜਿੰਦਾ ਰੌਂਦ ਅਤੇ ਇੱਕ ਮੋਟਰਸਾਈਕਲ ਤੇ ਜਾਲੀ ਆਰਸੀ ਸਾਹਿਤ ਕਾਬੂ ਕੀਤਾ ਗਿਆ ਹੈ। ਉਸ ਦੇ ਉੱਪਰ ਅਲੱਗ ਅਲੱਗ ਥਾਣਿਆਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕੇਸ ਦਰਜ ਨੇ। ਕਿਤੇ ਨਸ਼ਾ ਤਸਕਰੀ ਦੇ ਕੇਸ ਦਰਜ ਨੇ, ਕਿਤੇ ਲੁੱਟਾਂ ਖੋਹਾਂ ਕਰਨ ਦੇ ਕੇਸ ਦਰਜ ਨੇ। ਆਰੋਪੀ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਤੇ ਆਰੋਪੀ ਨੂੰ ਹੁਣ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਵੇਗੀ ਤੇ ਅੱਗੇ ਪੁੱਛ ਪੜਤਾਲ ਕਰੇਗੀ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਲੁਧਿਆਣਾ ਪੁਲਿਸ ਨੇ, CIA ਦੀ ਟੀਮ ਨੇ ਇੱਕ ਬਹੁਤ ਵੱਡੇ ਗੈਂਗਸਟਰ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਹਦਾ ਕਿ ਨਾਂ ਗੁਰਦੀਪ ਸਿੰਘ ਐਲੀਆਸ ਦੀਪਾ, ਜੋ ਕਿ ਢੰਡਾਰੀ ਏਰੀਆ ਲੁਧਿਆਣੇ ਦਾ ਰਹਿਣ ਵਾਲਾ ਹੈ। ਇਹਦੇ ਖਿਲਾਫ਼ 10 ਮੁਕੱਦਮੇ ਪੁਲਿਸ ਪਹਿਲਾਂ ਤੋਂ ਹੀ ਦਰਜ ਸੀ, ਜਿਨ੍ਹਾਂ ਨੂੰ ਕਿ ਪੁਲਿਸ ਨੇ ਟਰੇਸ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਇੱਕ ਬਹੁਤ ਹੀ ਖਤਰਨਾਕ ਗੈਂਗਸਟਰ ਹੈ, ਜੋ ਕਿ ਮਈ 2019 ਦੇ ਵਿੱਚ ਜੇਲ੍ਹ ਵਿੱਚੋਂ ਬਾਹਰ ਆਇਆ ਸੀ, ਐਂਡ ਉਸ ਤੋਂ ਬਾਅਦ ਇਹਨੇ ਆਪਣਾ ਗੈਂਗ ਬਣਾ ਕੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਕੀਤੀਆਂ ਸੀਗੀਆਂ, ਜਿਹਦੇ ਵਿੱਚ ਇਹਨੇ 3.5 ਲੱਖ ਰੁਪਏ ਡਿਵੀਜ਼ਨ ਨੰਬਰ 6 ਪੁਲਿਸ ਸਟੇਸ਼ਨ ਤੱਕ ਹੋਏ ਸੀ, ਐਂਡ ਉਸ ਤੋਂ ਬਾਅਦ ਇਹਨੇ ਸਾਹਨੇਵਾਲ ਏਰੀਏ ਦੇ ਵਿੱਚੋਂ ਮੈਡੀਕਲ ਕੈਮਿਸਟ ਸ਼ੋਪ ਤੋਂ ਵੀ ਖੋਹ ਕੀਤੀ ਸੀਗੀ, ਐਂਡ ਗੱਡੀਆਂ ਵੀ ਇਹਨੇ ਖੋਹ ਕੀਤੀ ਸੀ, ਸਵਿਫਟ ਗੱਡੀ ਵੀ ਖੋਹ ਕੀਤੀ ਸੀ PAU ਏਰੀਏ ਤੋਂ, ਜਿਹਨਾਂ ਨੂੰ ਕਿ ਪੁਲਿਸ ਨੇ ਟਰੇਸ ਕਰ ਲਿਆ। ਇਹਨਾਂ ਨੇ ਲੁਧਿਆਣੇ ਤੋਂ ਬਾਹਰ ਵੀ ਵਾਰਦਾਤਾਂ ਕੀਤੀ ਸੀਗੀਆਂ, ਮੁਕਤਸਰ ਸਾਈਡ ਵੀ ਵਾਰਦਾਤ ਕੀਤੀ ਸੀਗੀ, ਐਂਡ ਪੰਜਾਬ ਤੋਂ ਬਾਹਰ ਵੀ ਇਹਨਾਂ ਨੇ ਗੈਂਗ ਦੇ ਮੈਂਬਰ ਜਾ ਕੇ ਵਾਰਦਾਤ ਕਰਦੇ ਸੀ। ਅਸੀਂ ਇਹਦਾ ਰਿਮਾਂਡ ਲੈ ਕੇ ਬਾਕੀ ਪੁੱਛਗਿੱਛ ਕਰ ਰਹੇ ਹਾਂ। ਇਹਦਾ ਇਹ 32 ਬੋਰ ਦਾ ਆਪਣਾ ਪਿਸਟਲ ਇਹ ਤੋਂ ਮਿਲਿਆ ਹੈਗਾ, ਜੋ ਕਿ ਨਜਾਇਜ਼ ਹੈ, ਐਂਡ ਇਹਨੇ ਬਿਹਾਰ ਤੋਂ ਇਹ ਕਿਸੇ ਬੰਦੇ ਤੋਂ ਖਰੀਦਿਆ ਸੀ, ਜਿਹਦੀ ਕਿ ਅਸੀਂ ਪੜਤਾਲ ਕਰ ਰਹੇ ਹਾਂ। ਮੈਂ ਰਾਜੇਸ਼ ਪੁਰੀ, ਪਿਛਲੇ 2-3 ਸਾਲਾਂ ਤੋਂ ਮੇਰੇ ਗੋਡਿਆਂ 'ਚ ਮੈਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਸੀ। ਇੱਕ ਸਾਡਾ ਆਫਿਸ ਵੀ 2nd ਫਲੋਰ 'ਤੇ ਹੈ, 2 ਮੰਜ਼ਿਲ 'ਤੇ, ਅਤੇ ਚੜ੍ਹਨਾ ਉਤਰਨਾ ਮੇਰੇ ਲਈ ਬਹੁਤ ਹੀ ਮੁਸ਼ਕਲ ਹੋ ਗਿਆ ਸੀ। ਸੈਰ ਕਰਨ ਜਾਣਾ, ਮੈਂ ਤਾਂ ਸੈਰ ਕਰਨ ਤੋਂ ਵੀ ਗਿਆ। ਫਿਰ ਮੇਰੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਇਸ ਬਾਰੇ ਦੱਸਿਆ, ਯਾਨੀ ਕਿ ਫੇਅਰ ਲੀਵ ਬਾਰੇ। ਤੁਸੀਂ ਯਕੀਨ ਮੰਨਿਓ, ਮੈਂ ਪਿਛਲੇ 2-3 ਮਹੀਨਿਆਂ ਤੋਂ ਇਹਦਾ ਇਸਤੇਮਾਲ ਕਰ ਰਿਹਾ, ਅਤੇ ਲਗਭਗ 70-80% ਮੇਰਾ ਗੋਡਿਆਂ ਦਾ ਦਰਦ ਬਿਲਕੁਲ ਸਮਾਪਤ ਹੋ ਗਿਆ ਜੀ। ਅਤੇ ਮੈਨੂੰ ਯਕੀਨ ਹੈ ਕਿ ਮੈਂ ਜੇ ਕੁਛ ਮਹੀਨੇ ਇਹਦਾ ਹੋਰ ਇਸਤੇਮਾਲ ਕਰਿਆ ਤਾਂ ਮੇਰਾ ਇਹ ਦਰਦ ਪ੍ਰੋਪਰਲੀ ਬਿਲਕੁਲ 100% ਹੀ ਠੀਕ ਹੋ ਜਾਏਗਾ।